ਅਸੀਂ ਜੀ ਅੰਦਰ ਲਈ ਸ਼ਾਪਿੰਗ ਕਰਕੇ ਆਏ ਸੀ ਸੋ ਮੈਂ ਬੀਬੀ ਨੂੰ ਹੁਣ ਸਾਰਾ ਕੁਝ ਦਿਖਾਉਣ ਲੱਗੀ ਆਂਗੀ ਤੇ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਆਹ ਕੱਪੜੇ ਦਿਖਾਉਣ ਤੋਂ ਬਾਅਦ ਸਾਨੂੰ ਜਿਹੜੇ ਸਾਡੇ ਨੇਬਰ ਨੇ ਹਨਾ ਤੁਸੀਂ ਪਹਿਲਾਂ ਜਦੋਂ ਮਨਿੰਦਰ ਆਏ ਹੋਏ ਸੀ ਗਰਮੀਆਂ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਣਾ ਇੱਕ ਛੋਟੀ ਕੁੜੀ ਬੋਲੀਆਂ ਪਾਉਂਦੀ ਆਗੀ ਇਹ ਤਿੰਨ ਚਾਰ ਮਤਲਬ ਕਜ਼ਨ ਨੇ ਚਾਰ ਭੈਣ ਭਰਾ ਤੇ ਉਹ ਆਉਂਦੇ ਹੁੰਦੇ ਇੱਧਰ ਸਾਡੇ ਘਰੇ ਖੇਡਣ ਅੰਦਰ ਨਾਲ ਖੇਡਣ ਆ ਜਾਂਦੇ ਆਗੇ ਤੇ ਉਦੋਂ ਵੀ ਬਹੁਤ ਵੀਡੀਓਜ਼ ਦੇ ਵਿੱਚ ਉਹ ਆਏ ਨੇਗੇ ਤੇ ਇਹਨਾਂ ਨੂੰ ਬਹੁਤ ਚਾਅ ਰਹਿੰਦਾ ਫਿਰ ਉਹਨਾਂ ਦੇ ਵਿਆਹ ਸੀਗਾ ਨਾਨਕ ਸ਼ੱਕ ਭਰਨ ਜਾਣਾ ਇਹਨਾਂ ਨੇ ਤਾਂ ਇਹ ਕਹਿੰਦੇ ਕਿ ਤੂੰ ਸਾਡੀ ਜ਼ਰੂਰ ਆ ਕੇ ਸਾਡੀਆਂ ਕੁੜੀਆਂ ਦੀ ਵੀਡੀਓ ਬਣਾਈ ਆਸਟ੍ਰੇਲੀਆ ਦੇ ਵਿੱਚ ਇਹਨਾਂ ਦੇ ਕੋਈ ਰਿਸ਼ਤੇਦਾਰ ਅੱਗੇ ਵੀਡੀਓ ਦੇਖੀ ਤਾਂ ਉਹਨਾਂ ਨੇ ਵੀ ਪੁੱਛਿਆ ਵੀ ਤੁਹਾਡੀਆਂ ਕੁੜੀਆਂ ਹਨਾ ਵੀ ਕੁੜੀ ਤੁਹਾਡੀ ਬੋਲੀਆਂ ਪਾ ਰਹੀ ਸੀ ਤਾਂ ਇਹਨਾਂ ਨੂੰ ਬਹੁਤ ਵਧੀਆ ਲੱਗਿਆ ਕਹਿੰਦੇ ਹੁਣ ਦੁਬਾਰੋ ਸਾਡੀ ਵੀਡੀਓ ਜ਼ਰੂਰ ਸਪੈਸ਼ਲ ਬਣਾ ਕੇ ਜਾਈ ਤਾਂ ਮੈਂ ਸੋਚਿਆ ਵੀ ਚਲੋ ਠੀਕ ਹੈ ਜੀ ਜ਼ਰੂਰ ਬਣਾਵਾਂਗੇ ਅਤੇ ਕਹਿੰਦੇ ਉਹ ਤਿਆਰ ਹੋਣ ਗਈਆਂ ਨੇ ਫਿਰ ਮੈਂ ਸੋਚਿਆ ਵੀ ਉਨੇ ਦੇ ਵਿੱਚ ਆਪਾਂ ਅੰਗਦ ਦਾ ਸਮਾਨ ਦਿਖਾ ਦਈਏ ਵੈਸੇ ਅਸੀਂ ਸ਼ੋਪਿੰਗ ਕੱਲ੍ਹ ਕਰੇ ਆਏ ਸੀਗੇ ਪਰ ਅੰਗਦ ਦੇ ਦੋ ਕਲੋਰਾਂ ਭੀੜੀਆਂ ਸੀਗੀਆਂ ਅਤੇ ਉਹ ਅੱਜ ਮੋੜਨ ਗਏ ਨੇ ਅਤੇ ਬਾਕੀ ਮੰਮੀ ਨੇ ਅਜੇ ਕੱਪੜੇ ਧੋਤੇ ਬੀਬੀ ਨੇ ਦੇਖੇ ਨਹੀਂ ਸੀ ਸੋ ਮੈਂ ਸੋਚਿਆ ਚਲੋ ਨਾਲੇ ਤੁਹਾਡੇ ਨਾਲ ਸ਼ੇਅਰ ਕਰਦੇ ਨਾਲੇ ਬੀਬੀ ਨੂੰ ਦਿਖਾ ਦਿੰਦੇ ਹਾਂ ਆਹ ਬੀਬੀ ਅੰਗਦ ਦੇ ਸ਼ੂ ਨੇ ਇਹ ਮੈਨੂੰ ਤਾਂ ਜੋਧੇ ਨੂੰ ਫਸਟ ਨਜ਼ਰ ਦੇ ਵਿੱਚ ਹੀ ਪਸੰਦ ਆ ਗਏ ਸੀਗੇ ਕਾਰਟੂਨ ਵਾਲੇ ਬੱਚਿਆਂ ਨੇ ਮੈਂ ਇਹੋ ਜਿਹੇ ਸੋਹਣੇ ਲੱਗਣਗੇ ਬਹੁਤ ਵਧੀਆ ਨੇ ਭਾਈ ਬਹੁਤ ਸੋਹਣੇ ਬਾਹਲੇ ਵਧੀਆ ਇੱਕ ਅੰਗਦ ਨੂੰ ਲਾਈਟ ਵਾਲੇ ਸ਼ੂਜ਼ ਨਹੀਂ ਮਿਲ ਰਹੇ ਸੀ ਫਿਰ ਲਾਈਟ ਵਾਲੇ ਹੁਣ ਉਹਨੂੰ ਆਹ ਮਿਲ ਗਏ ਇਹਦੇ ਵਿੱਚ ਬੀਬੀ ਲਾਈਟਾਂ ਚੱਲਦੀਆਂ ਨੇ ਜਦੋਂ ਮਤਲਬ ਤੁਰੂਗਾ ਉਦੋਂ ਚੱਲਣਗੀਆਂ ਐਂ ਤਾਂ ਪਤਾ ਨਹੀਂ ਜੋਧੇ ਨੇ ਤਾਂ ਹੱਥ ਜਿਹਾ ਮਾਰ ਕੇ ਚਲਾਤੀਆਂ ਸੀਗੀਆਂ ਪਤਾ ਨਹੀਂ ਚੱਲਦੀਆਂ ਖੜ ਜੂ ਚੱਲਦੀਆਂ ਧੁੱਪ ਆ ਰਹੇ ਹੈਂ ਧੁੱਪ ਆ ਨਹੀਂ ਬੀਬੀ ਦਿਖੂਗਾ ਤਾਂ ਸਹੀ ਨਹੀਂ ਧੁੱਪ ਵੀ ਹੈਗੀ ਹਾਂ ਸ਼ਾਇਦ ਉਹ ਇੰਨੇ ਸੌਫਟ ਜਿਹੇ ਨੇ ਇੰਨੇ ਵਧੀਆ ਇਲਾਸਟਿਕ ਜਿਹੇ ਵਾਲੇ ਹੈਗੇ ਇਹ ਅਤੇ ਉਸ ਤੋਂ ਬਾਅਦ ਅੰਗਦ ਦੇ ਕੱਪੜੇ ਆਹ ਹੈਗਾ ਬੀਬੀ ਇਹਦਾ ਫਸਟ ਟੌਪ ਇੱਕ ਅੰਗਦ ਨੂੰ ਹੁਣ ਵਾਰਮਰ ਸੈੱਟ ਚਾਹੀਦੇ ਸੀਗੇ ਇੱਕ ਹੋਰ ਲਿਆਉਣਾ ਅੱਜ ਅਤੇ ਇੱਕ ਆਹ ਲਿਆਂਦਾ ਵੀ ਰਾਤ ਨੂੰ ਕਈ ਵਾਰ ਇਹੀ ਪਾ ਕੇ ਸੌਂ ਜਿਆ ਕਰੂਗਾ ਆਹ ਸੋਹਣਾ ਬੀਬੀ ਆਹ ਮੈਨੂੰ ਬਹੁਤ ਸੋਹਣਾ ਲੱਗਿਆ ਸੀ H&M ਦਾ ਇਹਦੇ ਤੇ H&M ਹਾਂ ਖਰਗੋਸ਼ ਖਰਗੋਸ਼ ਬੀਬੀ ਖਰਗੋਸ਼ ਬੀਬੀ ਕਹਿੰਦੇ ਤੇ ਖਰਗੋਸ਼ ਬੈਠੇ ਆ ਅਤੇ ਆਹ ਅੰਗਦ ਦੀਆਂ ਛੋਟੀਆਂ ਛੋਟੀਆਂ ਬਨੈਣਾ ਇੰਡੀਆ ਵਾਲੀਆਂ ਫਸਟ ਬਨੈਣਾ ਨੇ ਅੰਗਦ ਦੀਆਂ ਅਤੇ ਇੱਕ ਆਹ ਮੈਨੂੰ ਅੰਗਦ ਦੀ ਸ਼ਰਟ ਬਹੁਤ ਪਸੰਦ ਆਈ ਸੀ ਇਹ ਮੈਨੂੰ ਤਾਂ ਪਸੰਦ ਆਈ ਸੀ ਬੀਬੀ ਤੁਹਾਨੂੰ ਯਾਦ ਨਿੰਮੀ ਚਾਚੇ ਦੇ ਵਿਆਹ ਵੇਲੇ ਜਾਂ ਉੱਧਰ ਪੜੋ ਵਿਆਹ ਸੀ ਮੈਨੂੰ ਅਤੇ ਜੋਧੇ ਨੂੰ ਇਹੀ ਜੀ ਮੈਚਿੰਗ ਸ਼ਰਟਾਂ ਲਿਆ ਕੇ ਦਿੱਤੀਆਂ ਸੀ ਤੁਸੀਂ ਪਤਾ ਨਹੀਂ ਇੱਕ ਤਾਂ ਮੇਰੀ ਹੈਗੀ ਸੀ ਗਾਜਰੀ ਕੈਰਟ ਕਲਰ ਦੀ ਜੋਧੇ ਦੀ ਇਹੀ ਜੀ ਸੀਗੀ ਬਰਾਊਨ ਜੀ ਅਤੇ ਤਾਂ ਇਹ ਕਰਕੇ ਫਿਰ ਮੈਨੂੰ ਉਹ ਸ਼ਰਟ ਦੀ ਯਾਦ ਆਈ ਫਿਰ ਮੈਂ ਅੰਗਦ ਲਈ ਆਹ ਲੈ ਲਈ ਅੰਦਰੋਂ ਇੰਨੀ ਨਿੱਘੀ ਆ ਨਿੱਘਾ ਕੱਪੜਾ ਲੱਗਿਆ ਹੋਇਆ ਦੇਖੋ ਸੋਹਣੀ ਹੈ ਨਾ ਆਹ ਇੱਕ ਪੈਂਟ ਆ ਦੇਖ ਮਤਲਬ ਹੈਗੀ ਉਹ ਆ ਇਲਾਸਟਿਕ ਵਾਲੀ ਆ ਪੂਰੀ ਕੰਫਰਟੇਬਲ ਪੈਂਟ ਆ ਇਹ ਤੇ ਆਹ ਇਮੋਜੀ ਬਣਿਆ ਹੋਇਆ ਆਹ ਪਤਾ ਨਹੀਂ ਸਟਿੱਕਰ ਨਹੀਂ ਲੱਗਿਆ ਹੋਇਆ ਨਾਲ ਹੀ ਆਹ ਦੇਖੋ ਵੀ ਪੈਂਟ ਦੇਖੋ ਅਤੇ ਆਹ ਇੱਕ ਵੈਸੀ ਵਾਧੂ ਲਾਈਕ ਪਜਾਮੀ ਲਿਆਉਂਦੀ ਘਰੇ ਪਾਉਣ ਨੂੰ ਵੈਸੀ ਇਹਦੇ ਅੰਦਰ ਵੀ ਨਿੱਘਾ ਨਿੱਘਾ ਕੱਪੜਾ ਲੱਗਿਆ ਹੋਇਆ ਇਹਦਾ ਰੇਟ ਗੈਸ ਕਰੋ ਬੀਬੀ ਕਿੰਨੇ ਦਾ ਹੋਊਗੀ ਹੈ ਫਿਰ ਵੀ ਮੈਂ ਕਹਿੰਦਾ ਗਈਆਂ ਕਿ ਲੈਣ ਛੋਟੇ ਬੱਚਿਆਂ ਦੇ ਕੱਪੜੇ ਸਾਡੇ ਤਾਂ ਲੈਂਦੇ ਰਹੇ ਹੁਣ ਫਿਰ ਵੀ ਦੱਸੋ ਕਿੰਨੇ ਦੀ ਹੋਊਗੀ ਫਿਰ ਵੀ ਜਾਂ 300 ਦੀ ਅਤੇ ਉਸ ਤੋਂ ਬਾਅਦ ਆਹ ਹੁੱਡੀ ਮੈਨੂੰ ਅਤੇ ਜੋਧੇ ਨੂੰ ਬਾਹਲੀ ਪਸੰਦ ਆਈ ਸੀ ਹੈ ਨਾ ਬੀਬੀ ਕਿੰਨੀ ਸੋਹਣੀ ਆ ਅਲੱਗ ਜੀ ਹੈ ਅਤੇ ਕਾਹ ਦੇਖੋ ਅੰਗਦ ਨਾਲੇ ਗਰਮ ਆ ਇਹ ਹਾਂ ਗਰਮ ਆ ਸਰਦੀ ਆ ਅੰਗਦ ਦੇਖੋ ਗਲਵਸ ਲਿਆਉਂਦੇ ਬੀਬੀ ਆਹ ਦੇਖੋ ਕਿੰਨੇ ਇਹ ਵੀ ਬਾਹਲੇ ਵਧੀਆ ਨੇ ਪਿੰਕ ਕਲਰ ਨਹੀਂ ਹੈਗਾ ਕੁੜੀਆਂ ਵਾਲੇ ਨਹੀਂ ਹੈਗੇ ਇਹ ਪਰਪਲ ਕਲਰ ਆ ਕਿਉਂਕਿ ਅੰਗਦ ਪਰਪਲ ਵਾਲਾ ਕਹਿੰਦਾ ਹੁੰਦਾ ਤਾਂ ਕਰਕੇ ਮੈਂ ਪਰਪਲ ਹੀ ਸਰਦੀ ਦਾ ਬਦਲ ਨਹੀਂ ਆਵਾਂ ਨਾ ਆਹ ਮੋਟੀਆਂ ਸੌਕਸ ਨੇਗੇ ਅਜੇ ਖੋਲੀਆਂ ਨਹੀਂ ਖੋਲ ਲੈਂਦੇ ਹਾਂ ਇਹਦੇ ਵਿੱਚ ਉਹ ਲੱਗਿਆ ਹੋਇਆ ਬੀਬੀ ਕੈਂਚੀ ਨਾਲ ਕੱਟਣਾ ਪੈਣਾ ਆਹ ਮੋਟੀਆਂ ਸੌਕਸ ਨੇ ਇੱਕ ਆਹ ਪਤਲੀਆਂ ਸੌਕਸ ਨੇ ਇੱਕ ਆਹ ਦੇਖੋ ਬੀਬੀ ਆਹ ਇੰਨੀਆਂ ਕੂਲੀਆਂ ਕੂਲੀਆਂ ਸੌਕਸ ਨੇ ਇਹ ਉਹ ਲੱਗੇ ਹੋਏ ਤੇ ਫਰਜ਼ ਹੀ ਨਹੀਂ ਹੁੰਦੀ ਜਿਹੜੀ ਕੋਟਸ ਤੇ ਲੱਗੀ ਹੁੰਦੀ ਆਪਣੇ ਟੋਪੀਆਂ ਦੇ ਆਲੇ ਦੁਆਲੇ ਉਹ ਜਰਾਬਾਂ ਨੇ ਇੱਕ ਅੰਗਦ ਦੇ ਕਰੋਕਸ ਪਾਏ ਹੋਏ ਨੇ ਉਹ ਵੀ ਨਵੇਂ ਲਿਆਂਦੇ ਨੇ ਅੰਗਦ ਦੀ ਦੁੱਧ ਵਾਲੀ ਬੋਟਲ ਲਿਆਂਦੀ ਆ ਉਹ ਤਾਂ ਤੁਸੀਂ ਦੇਖ ਹੀ ਲਈ ਤੇ ਬਾਕੀ ਬਸ ਇਹੋ ਜਿਹਾ ਛੋਟਾ ਛੋਟਾ ਹੋਰ ਸਮਾਨ ਲਿਆਂਦਾ ਅੰਗਦ ਦਾ ਵਧੀਆ ਸਮਾਨ ਆ ਭਾਈ ਸਾਰਾ ਤੇ ਆਹ ਬੀਬੀ ਅੰਗਦ ਦੀ ਰਬੜਾ ਵੀ ਮੁੱਕ ਗਿਆ ਸੀ ਤੇ ਰਬੜਾ ਵੀ ਵਾਹ ਸੋਹਣੀਆਂ ਨੇ ਹੋਰ ਅੰਗ ਹੁਣ ਬੀਬੀ ਦਾ ਉਹ ਆਪਣ ਦੋ ਤਾਂ ਵੀ ਬੀਬੀ ਨੂੰ ਤਾਂ ਉਹਦੀਆਂ ਰਬੜਾਂ ਵੀ ਸੋਹਣੀਆਂ ਲੱਗਦੀਆਂ ਨੇ ਸੋ ਹਾਂ ਹੋਰ ਕੀ ਕਹਿੰਦੇ ਸੀ
अंकल वाला सोहना लगता तां कर देखिए सीरत कौर की किन्नी की चढ़ाई है सोनिया लगदिया ने। अच्छा सेम सेम आ गोल्डन ते ओ दीदी ने मैचिंग मैचिंग कोल कोल खड़े हो एक ओह जरा तू पजामे आला गानी हुनी है पजामे मोड़े ते पजामा मेरा जी उच्ची चकदा पजामा मोटे ते एक और जेडी तू पानी हुनी है कुड़ियां वाली अंगद के वे देख दानू अंगद के दीदी के में नाच दी सी के में नाच दी सी आजा आजा ये सब आप तो सूट हो जाएगा आजा तुर के आजा अंगद खेल ला बीरे नाल ओले बीरे बीरे नाल खेल ला ओ किधर गया सिर पे लेके आ उन ले आ बीरे नु इधर आ जाओ सारे जाने इधर कर जा ऐ गाँव पैंदा हुंदा जदों जाना हुंदा मेरे कपड़े किथे ने गए जिहड़े परसों पे ने हाँ की लेना तू जाना नहीं चा तेनू छड्ड ना जान बैठ जा जाके और इन्हें तो भुल ही गए सी चल बाय कर दो बाय एंजॉय करियो आ गई पुत्त बाय सीरत